ਦੀ ਮਾਇਆ ਕਰ। ਇਹ ਪ੍ਰਭੂ ਮੇਰੇ ਉੱਪਰ ਮਾਇਆ, ਆਪਣੀ ਬਖਸ਼ਿਸ਼, ਆਪਣੀ ਕਿਰਪਾ ਕਰ। ਗੁਰੂ ਦੇ ਸ਼ਬਦ ਦੁਆਰਾ ਇਹ ਮੇਰਾ ਜੀਵਨ ਵੀ ਸਵਾਰਿਆ ਜਾਵੇ, ਮੈਨੂੰ ਪ੍ਰਭੂ ਪ੍ਰਾਪਤੀ ਦੀ ਮੰਜ਼ਿਲ ਪ੍ਰਾਪਤ ਹੋ ਸਕੇ। ਨਾਨਕ ਹਰਦੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿੰਨਾ ਸੁਹਾਗਣੀ, ਜਿਨ ਰਾਮ ਨਾਮ ਪ੍ਰਕਾਰ। ਇਹਨਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਦਾ ਆਕਾਰ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ। ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਗਹਿਣਾ ਬਣਾ ਲਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਹਨ ਕਿ ਸਾਵਣ ਦਾ ਮਹੀਨਾ ਸ੍ਰੇਸ਼ਟ ਔਰ ਸੁਖਦਾਈ ਤੇ ਉਹਨਾਂ ਵਾਸਤੇ ਹੈ। ਭਾਵੇਂ ਇਹ ਚੰਗਾ ਹਰ ਕਿਸੇ ਨੂੰ ਲੱਗਦਾ ਹੈ, ਕਿਉਂਕਿ ਜਦੋਂ ਜਿਸ ਤਰ੍ਹਾਂ ਪਹਿਲਾਂ ਅਰਜ ਕੀਤੀ ਸੀ ਨਾ, ਦੋਵਾਂ ਚੱਲਦੀਆਂ ਨੇ ਬੜੀ ਕੜਾਕੇ ਦੀ, ਬੜੀ ਅੱਜ ਦੀ ਗਰਮੀ ਪੈਂਦੀ ਹੈ, ਆਸਮਾਨ 'ਤੇ ਜਦੋਂ ਬੱਦਲ ਚੜ੍ਹ ਕੇ ਆ ਜਾਵੇ, ਬੱਦਲ ਗਰਜਦੇ ਨੇ, ਮੋਰ ਪੈਲਾਂ ਪਾਉਂਦੇ ਨੇ, ਉਹ ਸਮਾਂ ਉਹ ਰੁੱਤ ਵਕਤ ਕਿੰਨਾ ਸੁਹਾਵਣਾ ਲੱਗਦਾ ਹੈ। ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣ ਆਇਆ, ਹੁਣ ਤੇਰੇ ਮੁੰਦ ਕਟਾਰੇ ਜੇ ਵਡਾ, ਤਿੰਨ ਲੋਭੀ ਲੋਭ ਗਵਾਇਆ। ਸਾਵਣ ਆਇਆ ਸਖੀਏ ਮੋਰਾ ਨੇ ਰੁਣ ਝੁਣ ਲਾਇਆ, ਹੋਰ
ਧਨ ਹੈ, ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਪੰਥ ਖਾਲਸਾ ਧਨ ਹੈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ, 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ।
ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜਿਸਨੇ ਪ੍ਰਥਮ ਭਗਵਤੀ ਸਿਮਰਕ ਹੈ ਗੁਰੂ ਨਾਨਕ ਲਈ ਧਿਆਇ ਸਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਘਰ ਨਾਨ ਦਾਵੈ ਢਾਏ ਸਭ ਥਾਈ ਹੋਈ ਸਹਾਇ ਜਿਸਨੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਜਿਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਘਣ ਡਿਠ ਕੀਤਾ ਜਨਾ ਪਿਆਰਿਆਂ ਉਸ ਚੰਨ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਕੀਤੇ ਬੰਦ ਬੰਦ ਕਟਾਏ ਗੋਪੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਏ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਰਬੱਤ ਖਾਲਸਾ ਜੀ ਦੇ ਪਾਸੇ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਜੀ ਆ ਸਰਸਤ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰੱਛੇ ਆਲੇ ਆਇਆ ਦੇ ਤੇ ਫਤਿਹ ਬਿਰਤੀ ਪੈਰ ਸੰਤੀ ਜੀ ਸ੍ਰੀ ਸਾਹਿਬ ਸਹਾਇ ਖਾਲਸੇ ਦੀ ਕਿਰੋ ਵਾਹਿਗੁਰੂ ਜੀ ਵਾਹਿਗੁਰੂ। ਸੰਤ ਸਿੱਖੀ ਦਾ ਨਾਮ ਇਹ ਸਥਾਨ ਰਹਿਤ ਦਾਨ ਵੇਗ ਦਾਨ ਸਾਧ ਦਾਨ ਭਰੋਸਾ ਦਾਨ ਦਾਨ ਸੁਲਤਾਨ ਨਾਮ ਦਾਨ ਸ੍ਰੀ ਅੰਮ੍ਰਿਤ ਸੰਦੇਸ਼ ਨਾਮ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈ ਕਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਖਾਬ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਕਾਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਨੇ ਅਪਾਰ ਬਖਸ਼ਿਸ਼ ਮੇਰ ਕੀਤੀ ਸੰਧਿਆ ਵੇਲੇ ਤੋਂ ਹੁਣ ਤੱਕ ਸੱਚੇ ਪਿਤਾ ਜੀ ਖੁੱਲ੍ਹੇ ਦੀਵਾਨ ਸਜਾਏ ਗਏ ਹਨ ਸਜੋਹੇ ਦੀਵਾਨਾਂ ਦੇ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੱਪੀ ਲਾਇ ਧਿਆਨਾਂ ਦੇ ਮਹਾਂਵਾਕ ਅਨੁਸਾਰ ਹਰ ਜਸ ਕੀਰਤਨ ਹੋਏ ਹਨ ਗੁਰਮੁਖ ਵਿਚਾਰਾਂ ਹੋਈਆਂ ਹਨ ਛੇ ਪੌੜੀਆਂ ਅਨੰਦ ਸਿਰ ਦੇ ਜਾਪ ਹੋਏ ਹਨ ਸੱਚੇ ਪਿਤਾ ਜੀਓ ਸਾਵਣ ਦੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਨੇ ਆਪ ਜੀ ਦੇ ਦਰਬਾਰ ਦੇ ਵਿੱਚ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਪਾਠ ਕਰਦਿਆਂ ਤੋਂ ਕੀਰਤਨ ਕਰਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਅਣਜਾਣ ਬੱਚੇ ਸਮਝ ਕੇ ਖਿਮਾ ਕਰੋ ਅਲਾਹ ਤੋਂ ਬਾਣੀ ਸ਼ੁੱਧ ਅਤੇ ਸਪਸ਼ਟਪਣ ਦੀ ਸਮਰੱਥਾ ਬਖਸ਼ਣੀ ਸੇਵਾਦਾਰ ਨੂੰ ਸੇਵਾ ਕਰਨ ਦੇ ਬਲ ਬਖਸ਼ਣੀ
ਆਈਆਂ ਸਾਧ ਸੰਗਤਰੀਆਂ ਹਾਜ਼ਰੀਆਂ ਲੇਖੇ ਲਾਉਂਦੀਆਂ ਪਿਛਲਾ ਮਹੀਨਾ ਆਪ ਜੀ ਦੇ ਭਾਣੇ ਅੰਦਰ ਬਤੀਤ ਹੋਇਆ। ਸਾਵਣ ਦਾ ਮਹੀਨਾ ਆਇਆ, ਸੱਚੇ ਪਿਤਾ ਜੀ ਭਾਣੇ ਅੰਦਰ ਬਤੀਤ ਕਰਾਉਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਦੇ ਦਰਬਾਰ ਦੇ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ ਹੈ, ਸਭ ਦੀਆਂ ਸਮਾਵਾਂ ਥਾਂਏ ਪਾਉਣੀਆਂ, ਸਮੂਹ ਸੰਗਤਾਂ ਦੇ ਗ੍ਰਹਿ ਵਿਖੇ ਸੁੱਖ ਸ਼ਾਂਤੀ ਵਰਤਾਉਣੀ, ਨਾਮ ਸਮਝੀਆਂ ਦਾਤਾਂ ਬਖਸ਼ਣੀਆਂ ਰਹਿੰਦੇ ਕਾਰਜ, ਆਪ ਆਪਣਾ ਪਵਿੱਤਰ ਹੱਥ ਦੇ ਕੇ ਸਮੂਹ ਗੁਣੇ ਆਪ ਜੀ ਦੇ ਹਜ਼ੂਰ, ਸਮੂਹ ਸੰਗਤ ਵੱਲੋਂ ਪਵਿੱਤਰ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ। ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਜ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਚ ਵਰਤੇ ਜੋ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ। ਅਰਦਾਸ ਬੇਨਤੀ ਹੁਣ ਆਪ ਸ਼ੁਭ ਹੁਕਮਨਾਮਾ ਬਖਸ਼ ਕੇ ਕਿਰਤਾਰਥ ਕਰੋ, ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤਰ ਨਾਮ ਚਿਤਕਾਵੇ, ਨਾਨਕ ਨਾਮ ਜਲਦੀ ਤੇਰੇ ਭਾਰੇ ਸਮਰਥ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈਆ ਕਾਲ ਕੀ ਤਬਾ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਲੋਚ ਹੈ, ਰਾਜ ਕਰੇਗਾ ਖਾਲਸਾ ਆਪੀ ਰਹੇਗਾ, ਵਾਰ ਹੋਏ ਸਭ ਮਿਲਣਗੇ। ਜੇ ਫਿਰ ਦੁੱਖ ਨਾ ਲੱਗੇ ਆਏ,
ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ, ਹਰ ਸੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ, ਨਾਨਕ ਹੋਂ ਬਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਪਾਏ, ਮਹਲਾ ਤੀਜਾ ਬੇ ਸਬਦੈ ਸੁਤ ਨਾ ਹੋਈ, ਜੇ ਅਨੇਕ ਕਰੈ ਸੀਗਾ ਇਕੀ ਸਾਰ ਨਾ ਜਾਣੀ, ਦੂਜੇ ਭਾਏ ਪਿਆਰ ਸਾਖ ਸੁਤ ਸਾਖ ਲਖਣੀ, ਨਾਨਕ ਨਾਰੀ ਵਿੱਚ ਕੁਨਾਰ ਪੌੜੀ, ਹਰੇ ਹਰੇ ਆਪਣੀ ਦਇਆ ਕਰ ਹਰ ਬੋਲੀ ਬੈਣੀ, ਹਰ ਨਾਮ ਧਿਆਈ ਹਰ ਉਚਰਾ ਲੈਣੀ, ਜੋ ਜਪਤੇ ਹਰ ਹਰ ਦਿਨ ਸਰਾਰ ਤਿੰਨ ਹੋ ਕੁਰਬੈਣੀ, ਜਿੰਨਾ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਲੈਣੀ, ਹੋਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਰਿਆ ਸੈਣੀ, ਜੋ ਜਪਦੇ ਹਰ ਹਰ ਦਿਨ ਸਰਾ ਤਿੰਨ ਹੋ ਕੁਰਬੈਣੀ, ਜਿੰਨਾ ਸਤਿਗੁਰ ਮੇਰਾ ਪਿਆਰਾ ਹੱਥਿਆ, ਤਿੰਨ ਜਨ ਦੇਖਣੀ, ਹੋ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਰਿਆ ਸੈਣੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਸਾਵਣ ਸੱਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ, ਹਰਿ ਅੰਮ੍ਰਿਤ ਬੂੰਦ ਸੁਹਾਵਣੀ, ਮੇਰ ਸਾਧੂ ਪੀਵਣ ਹਾਰ, ਵਣ ਤਿਰਣ ਪ੍ਰਭ ਸੰਗ ਮੋਰਿਆ, ਸਮਰੱਥ ਪੁਰਖ ਅਪਾਰ, ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ,
ਜਿੰਨੀ ਸਖੀ ਪ੍ਰਭ ਪਾਇਆ ਉਹ ਤਿਨਕੇ ਸਭ ਬਨਿਹਾਰ ਨਾਨਕ ਹਰਜੀ ਮਯਾ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਜਿੰਨੀ ਸਖੀਏ ਪ੍ਰਭ ਪਾਇਆ ਉਹ ਤਿਨਕੇ ਸਭ ਬਨਿਹਾਰ ਨਾਨਕ ਹਰਜੀ ਮਯਾ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਠਣ ਕੋਟ ਧੰਨਵਾਦ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਦੀਵਾਨਾਂ ਦੀ ਹਾਜ਼ਰੀਆਂ ਭਰਦੇ ਹੋ। ਮਹਾਂਪੁਰਸ਼ਾਂ ਦਾ ਤਹਿ ਦਿਲੋਂ ਵੀ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਨੂੰ ਦਸ ਪਿੰਡੇ ਕੀਰਤਨ ਦੁਆਰਾ ਨਾਮ ਦੁਆਰਾ ਜੋੜ ਰਹੇ ਹਨ। ਇਹਨਾਂ ਦੀ ਆਈਆਂ ਸੰਗਤਾਂ ਦਾ ਜੋ ਬਹੁਤ ਜਾਗਿਆਂ ਤੋਂ ਸੰਗਤਾਂ ਦੂਰਿਓਂ ਨੇੜਿਓਂ ਆਉਂਦੀਆਂ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਸਾਧ ਸੰਗਤ ਜੀ ਨਾਲ ਹੀ ਨਗਾਰਾ ਚੈਨਲ ਵਾਲਿਆਂ ਦਾ ਜਿਨ੍ਹਾਂ ਦਾ 892 ਨੰਬਰ ਹੈ ਪੂਰੇ ਵਰਗ ਵਿੱਚ ਚੈਨਲ ਚੱਲਦਾ ਹੈ। ਨਗਾਰਾ ਚੈਨਲ ਵਾਲੇ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੜਾ ਸੋਹਣਾ ਤੁਰ ਕਰਕੇ ਮਹਾਂਪੁਰਸ਼ਾਂ ਦੇ ਦੀਵਾਨਾਂ ਨੂੰ ਪੂਰੇ ਵਰਗ ਵਿੱਚ ਜੋ ਦਿਖਾਏ ਜਾ ਰਹੇ ਹਨ ਸੰਗਤਾਂ ਨੂੰ ਕੀਰਤਨ ਦੁਆਰਾ ਜੋ ਦਿਖਾਇਆ ਜਾ ਰਿਹਾ ਹੈ ਇਹਨੇ ਸੰਗਤਾਂ ਜੋ ਪ੍ਰੀਆਂ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅਸਥਾਨ ਮਹਾਂਪੁਰਸ਼ਾਂ ਦਾ ਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਉਹਨਾਂ ਦਾ ਸਥਾਨ ਪਿੰਡਾਂ ਵਾਲਿਆਂ ਦਾ ਅਤੇ ਧੰਨਵਾਦ ਦੰਬੋਲੀ ਟਕਸਾਲ ਵੱਲੋਂ ਮਹਾਂਪੁਰਸ਼ਾਂ ਗਿਆਨੀ ਹਰਨਾਮ ਸਿੰਘ ਧੁੰਮਾ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਇੱਥੇ ਆ ਕੇ ਹਾਜ਼ਰੀਆਂ ਭਰਦੇ ਹੋ। ਮਹਾਂਪੁਰਸ਼ਾਂ ਨੇ ਸਾਰਾ ਦੇਵਤਾ ਦੀਵਾਨਾਂ ਦੀ ਕਿਰਪਾ ਕਰਨੀ ਹੈ। ਸਾਧ ਸੰਗਤ ਜੀ ਇਹੋ ਜਿਹਾ ਸਮਾਂ ਵਾਰ ਵਾਰ ਨਹੀਂ ਮਿਲਦਾ ਹੈ ਇੱਦਾਂ ਪੂਰਵਲੇ ਭਾਗ ਚੰਗੇ ਹੋਣ ਇਹੋ ਜਿਹਾ ਸਪਾਰ ਸਮਾਂ ਮਿਲਦਾ ਹੈ। ਏਕ ਘੜੀ ਆਧੀ ਘੜੀ ਆਧੀ ਹੋਣ ਆਦਿ ਭਗਤਨ ਸੇਤੀ ਗੋਸ਼ਟੇ ਜੋ ਕਿ ਨੋ ਸੋਲਾ ਜਿਨ੍ਹਾਂ ਨੇ ਲੰਗਰ ਪ੍ਰਸ਼ਾਦ ਨਹੀਂ ਛਕਿਆ ਉਹ ਗੁਰੂ ਘਰ ਲੰਗਰ ਪ੍ਰਸ਼ਾਦ ਜ਼ਰੂਰ ਛਕ ਕੇ ਜਾਣ ਭੁੱਲਾ ਚੁੱਕਾਂ ਦੀ ਖਿਮਾ ਅਤੇ ਆਓ ਸੁਖਾਸਨ ਸਾਹਿਬ ਜੀ ਦੀ ਸੇਵਾ ਕਰੀਏ। ਕੀਰਤਨ ਸੋਇਲਾ ਸੋਇਲਾ ਦਾ ਕੀਰਤਨ ਲੱਗ ਪੈਣਾ ਕੋਈ ਕਰ ਸਕਦਾ।